ਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਤੁਹਾਡੇ ਭੱਜੀਏ ਆ ਕੇ ਮਾਰ ਕੇ ਉਹ ਘਰੇ ਬੈਠੇ ਜਸ਼ਮੂ ਸਰਕਾਰ ਦੇ ਨਾਲ ਕਰੂਗੀ। ਮੈਨੂੰ ਭਗਵੰਤ ਮਾਨ ਤੇਰੀਆਂ ਗਿੱਦੜ ਭੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਏਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ। ਉਹ ਤੂੰ ਮੈਂ ਕਦੇ ਵੀ ਨਹੀਂ ਆਪਦੇ ਆਪ ਦੀ ਤਾਰੀਫ ਕੀਤੀ, ਪਰੰਤੂ ਕੁਛ ਵੀ ਕਮੈਂਟਾਂ ਦੇ ਵਿੱਚ ਲਿਖਦੇ ਆ ਕਈ ਤਾਂ ਮੈਨੂੰ ਬੇਵਕੂਫ ਸਖ਼ਤ ਵੀ ਕਹਿ ਦਿੰਦੇ ਆ। ਠੀਕ ਹੈ ਨਹੀਂ ਹੈਗਾ ਜਿਹਨੇ ਆਪਦਾ ਸ਼ੇਰ ਸ਼ਾਹ ਪੁੱਤ ਬਰਵਾ ਲਿਆ ਉਹਦੇ ਜਿੱਦਾਂ ਬੇਵਕੂਫ ਕੌਣ ਹੈ? ਤੁਹਾਡੀਆਂ ਗੱਲਾਂ 'ਤੇ ਯਕੀਨ ਕਰਕੇ ਉਹ ਮੇਰੇ ਕੋਲ 25 ਲੱਖ ਬੰਦਾ ਸੀ ਇੱਥੇ ਜਿੱਦਾਂ ਮੇਰੇ ਪੁੱਤ ਦੀ ਅਸਥੀ ਅਰਥੀ ਮੇਰੇ ਵਿਹੜੇ 'ਚ ਪਈ ਸੀ, ਚਾਹੁੰਦਾ ਮੈਂ ਤੁਹਾਡੀ ਨੱਕ 'ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਤਾਂ ਮੇਰੇ ਅੰਦਰ ਨਾ ਫੌਜੀ ਮਾਰ ਗਿਆ ਮੈਨੂੰ। ਮੈਨੂੰ ਇਹ ਸੀ ਤੇਰਾ ਤਾਂ ਉੱਚੜ ਗਿਆ ਕਿਸੇ ਦਾ ਹੋਰ ਕੋਈ ਜਾਣਦਾ, ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ, ਤੂੰ ਇੱਕ ਵਾਰ ਹੋਰ ਆਪਣੀ ਇਸ਼ਾਰਾ ਕਰਤਾ ਦੇਵੇਗਾ ਮੁੜ ਕੇ ਤੇਰੇ ਤੋਂ ਹਾਲਾਤ ਸਾਂਭੇ ਨਹੀਂ ਜਾਣੇ। ਮੈਂ ਇਸ ਚੀਜ਼ ਤੋਂ ਡਰ ਗਿਆ ਸਰਕਾਰੇ, ਕੱਲ੍ਹ ਮੈਂ ਸਾਰਾ ਕੁਛ ਜਾਣਦਾ ਸੀ। ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਗੁੱਗਾ ਮਾੜੀ ਸਾਹਿਬ ਦੀ, ਤਾਂ ਅਗਲਿਆਂ ਨੇ ਨਾਸੀ ਧੂਆ ਲਿਆ ਤਾਂ ਸਰਕਾਰ ਦੇ ਕਰ ਨੂੰ ਕੋਈ ਮੇਰੇ ਪੁੱਤ ਦੇ ਮਗਰ ਜਨਤਾ ਥੋੜ੍ਹੀ ਨਹੀਂ ਸੀ, ਉਹਦੇ ਭਰਾਵਾਂ ਮੈਨੂੰ ਤਿਆਰ ਕਰਨ ਦੇ ਲੋਕ ਪਿੱਛੇ ਜਾਨਾਂ ਦੇਣ ਲਈ ਤਿਆਰ ਖੜੇ ਸੀ, ਪਰੰਤੂ ਮੈਂ ਕਿਸੇ ਦੇ ਮੋਢੇ 'ਤੇ ਰੱਖ ਕੇ ਚਲਾਈ ਨਹੀਂ, ਮੈਂ ਆਪਦਾ ਮਰਵਾ ਲਿਆ। ਮੈਂ ਕਿਸੇ ਦੇ ਹੋਰ ਦਾ ਉਹੋ ਜਿਹਾ ਹਸ਼ਰ ਹੋਇਆ ਨਹੀਂ ਵੇਖਣਾ ਚਾਹੁੰਦਾ ਸੀ। ਮੈਨੂੰ ਲੱਗਦਾ ਸੀ ਯਾਰ ਇੰਨਾ ਧੱਕਾ ਕੀਤਾ ਕਿ ਤੁਹਾਡੇ ਭੱਜੀਏ ਆ ਕੇ ਮਾਰ ਕੇ ਉਹ ਘਰੇ ਬੈਠੇ ਜਸ਼ਮੂ ਸਰਕਾਰ ਦੇ ਨਾਲ ਕਰੂਗੀ। ਮੈਨੂੰ ਭਗਵੰਤ ਮਾਨ ਤੇਰੀਆਂ ਗਿੱਦੜ ਭੌਕੀਆਂ ਦਾ ਨਹੀਂ ਪਤਾ ਸੀ ਵੀ ਤੂੰ ਏਡਾ ਕਮੀਨਾ ਮੁੱਖ ਮੰਤਰੀ ਨਿਕਲੇਗਾ, ਉਹ ਤੂੰ ਮੇਰਾ ਘਰ ਉਜਾੜਤਾ ਸਾਰਾ। ਪਰ ਤੁਸੀਂ ਮਾਰ ਕੇ ਗੋਲੀਆਂ 2.5 ਘੰਟੇ ਤੱਕ ਕਿਸੇ ਨਾਕੇ ਦੇ ਪੁਲਿਸ ਕਰਮਚਾਰੀ ਖੜਾ ਨਹੀਂ ਕੀਤਾ। ਉਹ ਤੁਸੀਂ ਕਹਿੰਦੇ ਹੋ ਲਾਰੈਂਸ ਨੇ ਤੇ ਜੱਬੂ ਨੇ ਐਪਲੀਕੇਸ਼ਨਾਂ ਲਾਈਆਂ, ਸਾਡਾ ਮੂਸੇ ਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ। ਜਿੱਦਾਂ ਇੱਕ ਮਾਨਸਾ ਕਸਤੀ ਦੇ ਵਿੱਚ ਜੱਬੂ ਜਾਂਦਾ, ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱਬੂ ਅਮੈਰੀਕਾ ਫੋਨ ਲਾਈ ਜਾਂਦਾ ਵੀ ਸਿੱਧੂ ਮੂਸੇਵਾਲਾ ਮਾਰਿਆ ਤਾਂ ਅਸੀਂ ਉਹ ਲਾਰੈਂਸ ਦੀ ਹੈਕ ਲਈ ਜਾਂਦਾ, ਮਸ਼ਹੂਰੀ ਲਾਰੈਂਸ ਕੱਟੀ ਜਾਂਦਾ। ਮੈਂ ਕਿਹਾ ਕੀ ਹੈ ਤੁਸੀਂ ਕਦੋਂ ਜਿਹਦਾ 'ਚ ਫੋਨ ਨੂੰ ਫੋਨ ਤਾਂ ਥੋੜ੍ਹੀ ਸੀ ਆਈ ਦੀ ਕਸਟਡੀ ਦੇ ਵਿੱਚ ਵੀ ਅਮਰੀਕਾ ਕਰੀ ਜਾਂਦਾ। ਜਿਹੜੇ ਅਫਸਰ ਨੂੰ ਮੈਂ ਰੱਬ ਸਮਝਦਾ ਸੀ ਵੀ ਮੇਰੇ ਪੁੱਤ ਦਾ ਬੁੱਧੋ ਪਾਣੀ ਛਾਣ ਕੇ ਦਊਗਾ, ਉਹ ਉਹਨੇ ਗੈਂਗਸਟਰਾਂ ਨੂੰ ਲੜਕੀਆਂ ਤੱਕ ਮੁਹੱਈਆ ਕਰਾਈਆਂ ਆਪਦੀ ਰਿਹਾਈ ਦੇ ਉੱਤੇ, ਕਿਹੜੀ ਜਾਂਚ ਦੇ ਉੱਤੇ ਭਰੋਸਾ ਕਰਾਂ? ਜਦੋਂ ਮੈਂ ਦੇਖੂ ਬਹਾ ਮੈਂ ਕਦੋਂ ਮੈਂ ਮੰਨਦਾ? ਤੁਸੀਂ ਚੰਦ ਵੋਟਾਂ ਦੀ ਖਾਤਰ ਰਾਜਨੀਤਿਕ ਗਲਿਆਣੇ 'ਚ ਜਾਣਾ ਸੀ, ਉਹ ਜੀ ਸੜ ਕੇ ਜਾਓ। ਮੈਂ ਕਿਹਨੂੰ ਥਾਪਰਾ ਦੇਵਾਂ, ਕਿਹਨੂੰ ਨਾ ਦੇਵਾਂ, ਮੇਰਾ ਕੀ ਮਤਲਬ? ਮੈਂ ਕੌਣ ਆ ਜਾਂ? ਮੈਂ ਇੱਕ ਛੋਟਾ ਜਿਹਾ ਸਰਪੰਚ ਹੈ ਪਿੰਡ ਦਾ, ਮੈਂ ਕਿਸੇ ਨੂੰ ਚਾਹ ਕੇ ਵੀ ਜੀਤ ਨਹੀਂ ਬਣਾ ਸਕਦਾ, ਮੈਂ ਕਿਸੇ ਦਾ ਕੀ ਕਿਉਂ ਪਾਤਾ? ਮੇਰਾ ਤਾਂ ਆਪਣਾ ਵੀ ਕਿਹਾ ਪਿਆ, ਤੁਸੀਂ ਮੈਨੂੰ ਟੈਗ ਨਾ ਦਿਓ। ਠੀਕ ਹੈ ਮੇਰਾ ਸੰਘਰਸ਼ ਕਦੇ ਕਹੂੰਗਾ, ਆਹ ਜਵਾਕ ਮੈਨੂੰ ਆ ਕੇ ਕਹਿਣਗੇ ਮੈਂ ਆਪੂ ਆ ਕੰਮ ਕਰਨਾ, ਹੋ ਸਕਦਾ ਮੈਂ ਕਰ ਲਾਂ, ਪਰ ਜਦ ਤੁਸੀਂ ਮੇਰੇ ਮੂੰਹ 'ਚ ਗੱਲਾਂ ਕਾਹਤੋਂ ਸੁਣੀ ਜਾਂਦੇ ਹੋ?